जियो पिंड सब तेरा, कहो नानक सब तेरी वडियाई, कोई नाऊ न जान में। फिरत फिरत प्रभ आया, परिया तो सरनाए, जी नानक की प्रभ बेनती, अपनी भगती लाए। लाख खुशियां पातशाहियां जे सतगुर नदर करे, निमख एक हर नाम दे, मेरा मन तन सी तल होए। अच्छा बैठा दो अगे, इन्हां गुरु साहिब दे अगे बिठाओ। इको ओंकार सतनाम करता पुरख निरभउ निर्वैरी काल मूर्ति अयुनि सै गुर प्रसाद जप आदि सच जुगाल सच है भीम सच नानक होसी भी सच इको ओंकार सतनाम करता पुरख निरभउ निर्वैरी अकाल मूर्ति अयुनि सै गुर प्रसाद जप आद सच जुगाद सच है पी सच नानक होसी पी सच। धन गुरु नानक, धन गुरु नानक। लाड़े दी अश कृपाण हुंदी, तुसीं साल्टी फड़ा दिओ इधर हो जाओ। सारे जपो इको ओंकार सतनाम करता पुरख निरभउ निर्वैरी अकाल मूर्ति अयुनि सै गुर प्रसाद जप आ
ਸਾਧ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਏਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਏਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਏਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਏਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦਿ ਸੱਚ ਹੈਪੀ ਧੰਨ ਗੁਰੂ ਨਾਨਕ 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 ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮੇਰ ਕਰਾਈ ਦਸਾਂ ਕਾਰ ਜੇ ਆਪ ਸਵਾਰੇ ਇਹ ਉਸ ਦੀ ਵਡਿਆਈ ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮੇਰ ਕਰਾਈ ਦਾਸਾਂ ਕਾਰਜ ਆਪ ਸਵਾਰੇ ਇਹ ਉਸ ਦੀ ਵਡਿਆਈ ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ ਦਾਸਾਂ ਕਾਰਜ ਆਪ ਸਵਾਰੇ ਇਹ ਉਸ ਦੀ ਵਡਿਆਈ ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ ਦਾਸਾਂ ਕਾਰਜ ਆਪ ਸਵਾਰੇ ਇਹ ਉਸ ਦੀ ਵਡਿਆਈ ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ ਦਾਸਾਂ ਕਾਰਜ ਆਪ ਸਵਾਰੇ ਇਹ ਉਸ ਦੀ ਵਡਿਆਈ ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ ਦਾਸਾਂ ਕਾਰਜ ਆਪ ਸਵਾਰੇ ਉਸ ਦੀ ਵਡਿਆਈ ਸਤਿਗੁਰ ਦਾਤੇ ਕਾਜ ਰਚਾਇਆ ਸਾਰੇ ਬੋਲੋ ਮੇਰ ਕਰਾਈ ਦਾਸਾਂ ਕਾਰਜ ਆਪ ਸਵਾਰੀ ਇਹ ਉਸ ਦੀ ਵਡਿਆਈ ਸਾਰੇ ਜਪੋ
सतगुर दाते काज रचाया अपनी मेहर कराई दासा कार हर आप सवारे ए उस दी बढ़ियाई दाते काज रचाया अपनी मेहर कराई दासा कार आप सवारे सतगुर दाते काज रचाया अपनी मेहर कराई दासा कार्ज आप सवारे उस दी वड़ियाई सतगुर दाते काज रचाया सतगुर दाते काज रचाया अपनी मेहर कराई दासा कार्ज आप सवारे ए उस दी वड़ियाई सतगुर दाते काज रचाया अपनी मेहर कराई दासा कार्ज आप सवारे उस दी वड़ियाई सतगुर दाते काज रचाया अपनी मेहर कराई दासा कार्ज आप सवारे सतगुरु दाते काज रचाया अपनी मेहर कराई दासा कार्ज आप सवारे ए उस दी वड़ियाई सतगुरु दाते काज रचाया अपनी मेहर कराई दासा कार्ज आप सवारे उस दी वड़ियाई सतगुर दाते काज रचाया अपनी मेहर कराई दासा कार्ज आप सवारे उस दी वड़ियाई संतां के कार्ज आप खलोया कम करावन आया राम धरत सुभावी ताल सुहावा विच अमृत जल छाया राम ओ संतां के कार्ज आप खलोया और कम करावन आया राम धरत सुहावी ताल सुहावा विच अमृत जल छाया राम अमृत जल छाया पूर्ण साज कराया सगल मनोरथ पूरे जय जयकार पयो जग अंतर लाथे सगल बसूरे अमृत छाया पूर्ण साज कराया सगल मनोरथ पूरे जय जयकार पया जग अंतर पूर्ण पुरख अछत अपना सी जस वेद पुरानी गाया अपना बिरद रखिया परमेश्वर नानक नाम त्याया पूर्ण पुरख अछत अपना सी बोलो जोर दी वेद पुरानी गाया अपना बिरद रखिया परमेश्वर नानक नाम ते आया अज ही प्रोग्राम बनया ब्याह दा शाम नूं ही गलबात होई कहन लगे भले समय नूं देर ना करो जे कोई भला कार्ज उहनूं कर दिओ देर पिया शायद वो रह जावे
ਪੜਾ ਕਾਰਜ ਜਿਹੜਾ ਹੱਥੋਂ ਨਿਕਲਣਾ ਨਹੀਂ ਚਾਹੀਦਾ। ਕਹਿੰਦੇ ਜੇ ਕੋਈ ਬੁਰਾ ਹੈ ਕੋਈ ਮਾੜਾ ਹੈ ਉਹਦੇ ਵਿੱਚ ਸੋਚੋ ਵਿਚਾਰੋ ਦੇਰ ਕਰੋ, ਹੋ ਸਕਦਾ ਗੁਰੂ ਦੀ ਕਿਰਪਾ ਦੇ ਨਾਲ ਸਾਡਾ ਬਚਾਅ ਹੋ ਜੇ। ਦਰਵਾਜ਼ੇ ਖੋਲ੍ਹਦੇ ਭਾਈ, ਗੇਟ ਖੋਲ੍ਹ ਕੇ ਬੈਠੋ, ਕੋਈ ਸੰਗਤ ਬਾਹਰ ਹੀ ਬੈਠੀ, ਖੋਲ੍ਹ ਦਿਓ ਗੇਟ, ਸੰਗਤ ਉੱਠ ਜਾਓ ਇੱਥੇ। ਅੱਗੇ ਨੂੰ ਹੋ ਜਾਓ। ਸੇਵਾਦਾਰ ਬੀਬੀਆਂ ਵਿੱਚੋਂ ਖੜ੍ਹ ਕੇ ਡਿਊਟੀ ਦਿਆ ਕਰੋ ਇੱਕ ਜ਼ਰੂਰ, ਚੰਗੀ ਤਰ੍ਹਾਂ ਖੋਲ੍ਹ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਭਲੇ ਸਮੇਂ 'ਚ ਦੇਰੀ ਨਹੀਂ ਕਰਨੀ। ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਲਿਖਿਆ, ਨਹਿ ਬਲੰਬੰਗ ਧਰਮੰਗ। ਬਲੰਬੰਗ ਪਾਪੰਗ, ਧਰਮ ਦੇ ਕਾਰਜ ਵਿੱਚ ਕਦੀ ਦੇਰੀ ਨਾ ਕਰੋ। ਪਾਪ ਦੇ ਕੰਮ ਵਿੱਚ ਦੇਰੀ ਕਰੋ। ਨਹਿ ਬਲੰਬੰਗ ਧਰਮੰਗ। ਬਲੰਬੰਗ ਪਾਪੰਗ, ਧਰਮ ਦਾ ਕਾਰਜ ਜਲਦੀ ਕਰ ਲੈਣਾ, ਪਾਪ ਦੇ ਕੰਮ ਵਿੱਚ ਦੇਰੀ ਪਾ ਰਹੇ ਹੋ। ਚਲੋ ਗੁਰੂ ਸਾਹਿਬ ਦੀ ਮਿਹਰ ਹੋ ਗਈ, ਅੱਜ ਹੀ ਇਹ ਸਾਰਾ ਕਾਰਜ ਉਦੋਂ ਵਿਚਾਰ ਆਈ ਜਦੋਂ ਸਾਰੇ ਬਾਜ਼ਾਰ ਵੀ ਬੰਦ ਸੀ ਕਿ ਅੱਜ ਹੀ ਕਰਨਾ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਜਿਹੜਾ ਸਾਨੂੰ ਪਤਾ ਹੀ ਨਹੀਂ ਸ਼ਾਮ ਤੱਕ, ਅਤੇ ਇੰਨਾ ਵੱਡਾ ਕਾਰਜ ਜਿਹੜਾ ਸਤਿਗੁਰੂ ਵੱਡੇ ਵੱਡੇ ਕੰਮ ਪਲਾਂ 'ਚ ਕਰ ਦਿੰਦੇ ਆ। ਵੱਡੇ ਵੱਡੇ ਕੰਮ ਸਤਿਗੁਰੂ ਸਮਾਂ ਹੀ ਨਹੀਂ ਲਾਉਂਦੇ। ਇਸ ਕਰਕੇ ਗੁਰੂ 'ਤੇ ਭਰੋਸਾ ਰੱਖੋ, ਵਿਸ਼ਵਾਸ ਰੱਖੋ। ਜਿਹੜੇ ਕਾਰਜ ਸਤਿਗੁਰੂ ਕਰਦੇ ਹਨ ਉਹਨਾਂ ਦੇ ਕੀਤੇ ਹੋਏ ਕਾਰਜ ਜਿਹੜੇ ਆ ਉਹ ਫਿਰ ਆਪ ਸਹਾਈ ਹੁੰਦੇ ਆ। ਸਾਰੀਆਂ ਚਿੰਤਾ ਲਾ ਕੇ, ਕਹਿੰਦੇ ਸਾਰੇ ਫਿਕਰ ਲਾ ਕੇ ਬੈਠੋ, ਹਰ ਕਾਰਜ ਪਰਮੇਸ਼ਰ ਦਾ ਕੀਤਾ ਹੋਇਆ, ਉਹਦੇ ਬਹਾਨੇ ਬਣਨੇ ਆ, ਪਰ ਹਰ ਕਾਰਜ ਉਹਨੇ ਪਹਿਲੋਂ ਕੀਤਾ ਹੋਇਆ। ਇੱਕ ਸਾਹਮਣੇ ਆਉਣਾ, ਸਾਰੇ ਫਿਰ ਪਾਠ ਕਰ ਲਓ ਮੂਲ ਮੰਤਰ ਦਾ, ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ
आद सच जुगाद सच है पी सच नानक होसी पी सच ओंकार सतनाम करता पुरख निर्भउ निर्वैर काल मूरत अजुनी सै पंगुर प्रसाद जप आद सच जुगाद सच है पी सच नानक होसी पी सच को ओंकार सतनाम करता पुरख निर्भउ निर्वैर काल मूरत अजुनी सै पंगुर प्रसाद जप आद सच जुगाद सच है पी सच नानक होसी पी सच सतगुरु दी इन्नी महिमा न्यारी है कि वह कुछ भी कर सकदी एक मत्थो दे मरारी दी जोड़ी गुरु अमरदास जी ने बनाई सी जिस कोड़ी नू कोई किसी घर च नहीं रहन देंदा सी पिंड च नहीं रहन देंदा सी जिंदे कोलों नहीं कोई लंघदा सी उस कोड़ी ने गुरु अमरदास दा जस सुनिया जस सुन के गुरु दियां वड्याइयां हिरदे च वस गईयां ओ नमाणा नताणा सी न्योटा सी न्यासरा सी निगत्ता सी नपत्ता सी उन्हें महाराज की शोभा सुनी उन्हें कहा सी मेरी कोई पत नहीं कोई मेरी गत नहीं कोई मेरा आसरा नहीं मेरे कोई मेरा थान नहीं कोई मेरी ओट नहीं कोई मेरा मान नहीं कोई तान नहीं बड़ा ही दुखी होया बैठा सी पर कोलों दी संगतां गुजर रही सी जेड़ियां जस कर दियां जा रही सी ये सारे वर गुरु अंगद देव जी ने गुरु अमरदास नू दिते सी ते संगतां राह विच पढ़ दियां जा रही हैं कि नमाणियां दे मान गुरु अमरदास जी नताणियां दे तान गुरु अमरदास जी न्यासरियां दे आसरे गुरु अमरदास जी निगत्यां दी गत गुरु अमरदास जी नपत्यां दी पत गुरु अमरदास जी नथावियां दे थां गुरु अमरदास जी जिंदा कोई नहीं उंदा गुरु अमरदास आखो श्री वाहिगुरु गुरु नानक धन गुरु नानक धन गुरु नानक धन गुरु नानक सानू माण होवे कि साडे गुरु ओ ने जिन्हां विच सारियां कलां दे विच समर्थ ने कोई 14 वर नहीं कोई 12 नहीं कोई 16 नहीं 16 कलां संपूर्ण होए ने पहलो पर साडे सतगुरु जेड़े ने वो सर्व कला समर्थ पहलो 16 कला मनिया जांदियां सी इहदे च संपूर्ण हो जांदा 16 कला च ते सानू ओ गुरु मिले ने जेड़े सर्व कला समर्थ ने सर्व कला समर्थ है डंडौत वंदना अणक बार सर्व कला समर्थ डोलन ते राखो प्रभु नानक दे कर हाथ हे वाहिगुरु जी तुसी सर्व कला समर्थ हो ते मेरी लाज रखो पैज रखो अज संगतां दी ये आवाज सुन के उन्हूं हौसला हो गया भी कोई हैगा है जेड़ा नमाणियां दा माण है
ਨਿਮਾਣਾ ਹੋਇਆ ਬੈਠਾ ਸੀ ਜਿਹੜਾ ਨਿਤਾਣਿਆਂ ਦਾ ਤਾਣ ਪੜ੍ਹ ਲਓ ਸਾਰੇ ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ ਜੀ ਨਿਤਾਣਿਆਂ ਦੇ ਤਾਣ ਗੁਰੂ ਅਮਰਦਾਸ ਜੀ ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਨਿਤਾਣਿਆਂ ਦੇ ਤਾਣ ਗੁਰੂ ਅਮਰਦਾਸ ਜੀ ਆਸਰਿਆਂ ਦੇ ਆਸਰੇ ਗੁਰੂ ਅਮਰਦਾਸ ਜੀ ਨਿਆਸਰਿਆਂ ਦੇ ਆਸਰੇ ਗੁਰੂ ਅਮਰਦਾਸ ਜੀ ਨਿਆਸਰਿਆਂ ਦੇ ਆਸਰੇ ਗੁਰੂ ਅਮਰਦਾਸ ਜੀ ਨਿਗਤਿਆਂ ਦੀ ਗਤ ਨਿਪਤਿਆਂ ਦੀ ਪਤ ਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ ਜੀ ਅਮਰਦਾਸ ਜੀ ਨਿਤਾਣਿਆਂ ਦੇ ਤਾਣ ਗੁਰੂ ਅਮਰਦਾਸ ਜੀ ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ ਜੀ ਬੋਲੋ ਸਾਰੇ ਭਾਈ ਨਿਤਾਣਿਆਂ ਦੇ ਮਾਣ ਗੁਰੂ ਅਮਰਦਾਸ ਜੀ ਨਿਤਾਣਿਆਂ ਦੇ ਮਾਣ ਸਾਰੇ ਆਖੋ ਭਾਈ ਅਮਰਦਾਸ ਜੀ ਨਿਤਾਣਿਆਂ ਦੇ ਤਾਣ ਗੁਰੂ ਅਮਰਦਾਸ ਜੀ ਮਨ ਵਿੱਚ ਹੌਸਲਾ ਹੋਇਆ ਬਲ ਮਿਲਿਆ ਵੀ ਕੋਈ ਹੈ ਮੇਰਾ ਉਹ ਤਾਂ ਸਮਝੀ ਬੈਠਾ ਸੀ ਵੀ ਮੇਰਾ ਕੋਈ ਹੈ ਨਹੀਂ ਰਿੜਦਾ ਖੁੜਦਾ ਗੋਬਿੰਦਵਾਲ ਪਹੁੰਚ ਗਿਆ ਏ ਪਰ ਛੂਤ ਦੀ ਬਿਮਾਰੀ ਅਤੇ ਕੋਹੜੀ ਹੋਣ ਕਰਕੇ ਉਹਨੂੰ ਕੋਈ ਨੇੜੇ ਨਹੀਂ ਜਾਣ ਦਿੰਦਾ ਸਾਰੇ ਤਰਕਾਰ ਦਿੰਦੇ ਆ ਦੂਰ ਕਰ ਦਿੰਦੇ ਆ ਕਿ ਤੂੰ ਬਿਮਾਰੀ ਫੜਾਏਗਾ ਨਿਕਲ ਜਾ ਇੱਥੋਂ ਸੰਗਤ ਵਿੱਚ ਉਹ ਕਹਿੰਦਾ ਮੈਂ ਬਿਮਾਰੀ ਕਟਾਉਣ ਆਇਆ ਫੈਲਾਉਣ ਨਹੀਂ ਆਇਆ ਐਡੇ ਵੱਡੇ ਸਤਿਗੁਰੂ ਬਿਮਾਰੀਆਂ ਫੈਲਣ ਦੇਣਗੇ ਭਰੋਸਾ ਰੱਖੋ ਜਿੱਥੇ ਕਲਯੁਗ ਨਹੀਂ ਆ ਸਕਦਾ ਉੱਥੇ ਬਿਮਾਰੀਆਂ ਕਿਵੇਂ ਆਉਣਗੀਆਂ ਹੁਣ ਪਰੇਸ਼ਾਨੀ ਬਹੁਤ ਹੋ ਰਹੀ ਸੰਗਤ ਨੂੰ ਸਿੱਖਾਂ ਨੇ ਅਰਦਾਸ ਕੀਤੀ ਕਿ ਮਹਾਰਾਜ ਇੱਕ ਕੋੜੀ ਇਹ ਬਹੁਤ ਪਰੇਸ਼ਾਨੀ ਦੇ ਰਿਹਾ ਹੈ ਜਾ ਨਹੀਂ ਰਿਹਾ ਪਰ ਆਪਦੇ ਰੰਗ ਵਿੱਚ ਕੋਈ ਸ਼ਬਦ ਪੜੀ ਜਾ ਰਿਹਾ ਉਹਦੇ ਰੰਗ ਵਿੱਚ ਜਿਹੜੇ ਉਹ ਸ਼ਬਦ ਪੜ ਰਿਹਾ ਸੀ ਉਹਦੇ 'ਚ ਅੰਦਰੋਂ ਆਵਾਜ਼ ਆ ਰਹੀ ਸੀ ਉਹਦੇ ਹਿਰਦੇ 'ਚ ਉਹ ਪੜ੍ਹ ਰਿਹਾ ਸੀ ਗਿਆ ਕਸੌਟਾ ਲੱਭਾ ਪਿਆਰਿਆ ਗਿਆ ਕਸੌਟਾ ਲੱਭਾ ਪਿਆਰਿਆ ਮੈਨੂੰ ਰੱਬ ਮਿਲ ਗਿਆ ਪਿਆਰਾ ਮਿਲ ਗਿਆ ਮੇਰਾ ਕੋੜ ਗਿਆ ਮੇਰੇ ਕਸ਼ਟ ਗਏ ਮੇਰੇ ਦੁੱਖ ਗਏ ਮੇਰਾ ਵਾਹਿਗੁਰੂ ਮੇਰਾ ਪ੍ਰਭੂ ਮਿਲ ਗਿਆ ਮੈਨੂੰ ਪੜ੍ਹੀ ਜਾ ਰਿਹਾ ਗੁਰੂ ਅਮਰਦਾਸ ਜਾਣੀ ਜਾਣ ਨੇ ਬਹਾਨਾ ਬਣਿਆ ਸਿੱਖਾਂ ਨੇ ਅਰਦਾਸ ਕੀਤੀ ਕਿ ਬਹੁਤ ਪਰੇਸ਼ਾਨੀ ਦੇ ਰਿਹਾ ਹੈ
ਤਾਂ ਗੁਰੂ ਅਮਰਦਾਸ ਨੇ ਸਿੱਖਾਂ ਦੀ ਡਿਊਟੀ ਲਾਈ ਕਿ ਭਾਈ ਉਹਨੂੰ ਲਿਆ ਕੇ ਨਾ ਜਿੱਥੇ ਸਾਡੇ ਇਸ਼ਨਾਨ ਵਾਲਾ ਪਾਣੀ 'ਚ ਬੱਚੇ ਜੇ ਬਾਹਰ ਇਕੱਠਾ ਹੁੰਦਾ ਹੈ ਉਹਦੇ 'ਚ ਉਹਦਾ ਇਸ਼ਨਾਨ ਕਰਾ ਦਿਓ। ਗੁਰੂ ਅਮਰਦਾਸ ਜੀ ਇਸ਼ਨਾਨ ਕਰਦੇ ਸੀ, ਉਹ ਪਾਣੀ ਬਾਹਰ ਆ ਜਾਂਦਾ ਸੀ, ਇੱਕ ਟੋਇਆ ਮਾਰਿਆ ਹੋਇਆ ਸੀ ਉਹਦੇ 'ਚੋਂ ਜਲ ਇਕੱਠਾ ਹੁੰਦਾ ਸੀ। ਅੱਜ ਹਜ਼ੂਰ ਸਾਹਿਬ ਵੀ ਗੁਰੂ ਸਾਹਿਬ ਦੇ ਇਸ਼ਨਾਨ ਦਾ ਜਲ ਸੰਗਤਾਂ ਲੈ ਕੇ ਸੁੱਖ ਮਾਣਦੀਆਂ। ਅਮਰਦਾਸ ਗੁਰੂ ਰਾਮਦਾਸ ਦੇ ਅਸਥਾਨ ਦਾ ਵੀ ਜਲ ਲੈ ਕੇ ਸੰਗਤਾਂ ਸੁੱਖ ਮਾਣਦੀਆਂ ਹੈ। ਬੰਗਲਾ ਸਾਹਿਬ ਗੁਰੂ ਸਾਹਿਬ ਦੇ ਇਸ਼ਨਾਨ ਦਾ ਜਲ ਲੈ ਕੇ ਸੰਗਤਾਂ ਸੁੱਖ ਮਾਣਦੀਆਂ ਹੈ। ਪਰ ਸਭ ਨੂੰ ਸੁੱਖ ਦੇਣ ਵਾਲਾ ਉਹ ਜਲ ਗੁਰੂ ਅਮਰਦਾਸ ਜੀ ਮਹਾਰਾਜ ਦੇ ਇਸ਼ਨਾਨ ਵਾਲਾ। ਸਤਿਗੁਰ ਕਹਿੰਦੇ ਇਹਦੇ 'ਚ ਇਹਦਾ ਅਰਦਾਸ ਇਸ਼ਨਾਨ ਕਰਾ ਦਿਓ। ਇਸ਼ਨਾਨ ਕਰਾ ਤਾਂ ਪਰ ਐਸੀ ਕਿਰਪਾ ਹੋਈ ਉਹਦਾ ਕੋੜ ਗਿਆ, ਸਰੀਰ ਦਾ ਖਤਮ ਹੋ ਗਿਆ, ਕੰਚਨ ਵਰਗੀ ਕਾਇਆ ਹੋਈ ਹੋ ਗਈ। ਸਦਾ ਰਹੇ ਕੰਚਨ ਸੀ ਕਾਇਆ, ਰੋਗ ਨਾ ਕਹੂੰ ਵਿਆਪੀ। ਕਾਵਾਂ ਤੋਂ ਹੰਸ ਕਰਨ ਵਾਲੇ ਸਤਿਗੁਰੂ, ਬਗਲਿਆਂ ਨੂੰ ਹੰਸ ਬਣਾਉਣ ਵਾਲੇ, ਪਸ਼ੂਆਂ ਤੋਂ ਦੇਵਤੇ ਕਰਨ ਵਾਲੇ, ਉਹ ਸਾਡੇ ਗੁਰੂ ਨਾਨਕ ਮਹਾਰਾਜ ਜੀ ਨੇ, 10 ਗੁਰੂ ਸਾਹਿਬਾਨ ਨੇ ਜਾਂ ਸਾਡੇ ਬਾਬਾ ਜੀ ਨੇ, ਜਿਹੜੇ ਕਾਗੋ ਹੰਸ ਕਰਦੇ ਆ ਸਾਧੂ ਦੀ ਸੰਗਤ, ਪਸ਼ੂਆਂ ਪ੍ਰੇਤਾਂ ਤੋਂ ਦੇਵਤੇ ਬਣਾ ਦਿੰਦੇ ਆ, ਐਸੇ ਗੁਰੂ ਦੀ ਸੰਗਤ ਹੈ। ਪਸ਼ੂਆਂ ਤੋਂ ਕੀਤੇ ਦੇਵਤੇ, ਪੂਰੇ ਸਤਿਗੁਰ ਕੀ ਵਡਿਆਈ, ਜਿਨ ਪਸ਼ੂਆਂ ਤੋਂ ਕੀਤੇ ਦੇਵਤੇ, ਪੜ੍ਹੋ ਸਾਰੇ, ਪੂਰੇ ਸਤਿਗੁਰ ਕੀ ਵਡਿਆਈ, ਪਸ਼ੂਆਂ ਤੋਂ ਕੀਤੇ ਦੇਵਤੇ, ਪੂਰੇ ਸਤਿਗੁਰ ਦੀ ਵਡਿਆਈ ਜੀ, ਪਸ਼ੂਆਂ ਤੋਂ ਕੀਤੇ ਦੇਵਤੇ, ਪੂਰੇ ਸਤਿਗੁਰ ਦੀ ਵਡਿਆਈ, ਪਸ਼ੂਆਂ ਤੋਂ ਕੀਤੇ ਦੇਵਤੇ, ਪੂਰੇ ਸਤਿਗੁਰ ਦੀ ਵਡਿਆਈ, ਪਸ਼ੂਆਂ ਤੋਂ ਕੀਤੇ ਦੇਵਤੇ, ਪੂਰੇ ਸਤਿਗੁਰ ਦੀ ਵਡਿਆਈ ਜੀ, ਪਸ਼ੂਆਂ ਤੋਂ ਕੀਤੇ ਦੇਵਤੇ, ਪੂਰੇ ਸਤਿਗੁਰ ਦੀ ਵਡਿਆਈ, ਪਸ਼ੂਆਂ ਤੋਂ ਕੀਤੇ ਦੇਵਤੇ, ਪੂਰੇ ਸਤਿਗੁਰ ਦੀ ਵਡਿਆਈ, ਪਸ਼ੂਆਂ ਤੋਂ ਕੀਤੇ ਦੇਵਤੇ, ਪੂਰੇ ਸਤਿਗੁਰ ਦੀ ਵਡਿਆਈ, ਪਸ਼ੂਆਂ ਤੋਂ ਕੀਤੇ ਦੇਵਤੇ, 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 ਪੂਰੇ ਸਤਿਗੁਰ ਕੀ ਵਡਿਆਈ, ਪਸ਼ੂਆਂ ਤੋਂ ਕੀਤੇ ਦੇਵਤੇ, ਪੂਰੇ ਸਤਿਗੁਰ ਕੀ ਵਡਿਆਈ, ਪਸ਼ੂਆਂ ਤੋਂ ਕੀਤੇ ਦੇਵਤੇ। ਇਹੋ ਜਿਹਾ ਘਰ ਹੈ ਇਹ, ਬਹੁਤ ਸੋਹਣੀ ਕਾਇਆ ਬਣ ਗਈ, ਸੁੰਦਰ ਸਰੂਪ, ਕੋੜ ਦੀ ਬਿਮਾਰੀ ਖਤਮ ਹੋ ਗਈ। ਕਹਿੰਦੇ ਸੀ ਉਹਨੂੰ ਪ੍ਰੇਮਾ, ਕਿਉਂਕਿ ਉਹ ਪ੍ਰੇਮ ਕਰਦਾ ਸੀ, ਉਹਨੂੰ ਗੁਰੂ ਸਾਹਿਬ ਦਾ ਪ੍ਰੇਮ ਮਿਲ ਗਿਆ ਸੀ। ਹੈਗਾ ਕੋੜੀ ਸੀ ਪਰ ਪ੍ਰੇਮੀ ਸੀ, ਇਹ ਆਖੋ ਸ੍ਰੀ ਵਾਹਿਗੁਰੂ। ਕਹਿੰਦੇ ਤ੍ਰੇਤੇ ਯੁੱਗ ਵਿੱਚ ਇੱਕ ਭੀਲਣੀ ਸੀ, ਕਹਿੰਦੇ ਉਹਦਾ ਰੂਪ ਰੰਗ ਕੋਈ ਵੀ ਨਹੀਂ ਸੀ, ਉਹ ਸਾਰਿਆਂ ਪਾਸਿਓਂ ਹੀਣੀ ਸੀ, ਜਾਤ ਦੀ ਕਮੀਨੀ, ਰੂਪ ਰੰਗ ਤੋਂ ਵੀ ਹੀਣੀ, ਕੁੱਲ ਢੰਗ ਤੋਂ ਵੀ ਹੀਣੀ, ਇੱਕ ਪ੍ਰੇਮ ਵਾਲੀ ਭੀਲਣੀ, ਉਹਦੇ ਕੋਲ ਪ੍ਰੇਮ ਸੀ। ਪ੍ਰੇਮ ਹੋਵੇ ਕੋੜੀਆਂ ਕੋਲ ਹੋਵੇ, ਪ੍ਰੇਮ ਹੋਵੇ ਕੁਚੱਜੀਆਂ ਕਰੂਪਾਂ ਕੋਲ ਹੋਵੇ, ਪ੍ਰੇਮ ਹੋਵੇ ਜਿਹੋ ਜਿਹੀਆਂ ਮਰਜ਼ੀਆਂ ਕੋਲ ਪ੍ਰੇਮ ਹੋਵੇ, ਸਤਿਗੁਰੂ
जिन प्रेम कियो तिन ही प्रापायो। कुब कुब ज्यादा कीता सी दूर सारा, जिन्हें दो कु पैसियां दे हार दिते। जिहड़ी कुबी महला च रहिंदी सी, घर तगड़े दी सी, भगवान कृष्ण लंघ रहे सी, मन विच चा उठिया कृष्ण मुरारी। त्रेते युग दे अवतार ने आप भगवान ने, मैं उन्हां दे गल च हार पाउणा है, पर पा नहीं सकदी सी। उच्चा कद सी, एक कुबी सी, नीवें कद वाली सी, हार लैके खड़ी है। भगवान कृष्ण आ गए ते हार हाथ विच उन पावे किवें गल च। कहिंदे ने उत्थे भगवान ने अपना रूप देखो किहो जिहा तारिया, उन्दे पैर दे गूठे दे आपदा पैर रख के उन्हूं खिचिया ते कद लंबा हो गया, कुब निकल गया। उन्दा मन सी कि मैं आप महाराज दे गल च हार पावां, उन्हां नूं झुकणा भी ना पवे ते मैं उन्हां दे गल च हार पावां। मेरे ते मेहर करन, मेरे कुब मेरे दुख तकलीफां दूर कर देन। ते भगवान कृष्ण जी कुब ज्यादा प्रेम देख के प्रसन्न हो गए, उन्दे महला च निवास कर लिया। जदों उदो नूं भेजिया कृष्ण भगवान ने, जा गोपियां नूं समझा, वह विराग बहुत कर दियां ने, इन्ना विराग ना करन भाणे विच रहन। ते गोपियां ने अगों ताना मारिया कि जिन्ना कोल भगवान, जिन्ना कोल कृष्ण रहिंदे आ, वह कित्थों दी इन्नी सुंदर सरूप है। वह कुबी दे घर विच भगवान कृष्ण रहिंदे आ, वह कित्थों दी सुंदर है। ਕਹਿੰਦੇ ਸਭ ਤੋਂ ਸੁੰਦਰ ਸੋਹਣੇ ਜਿਹੜੇ ਸਾਧ ਸੰਗ ਵਿੱਚ ਬੈਠਦੇ ਆ, ਨਾਮ ਜਪਦੇ ਆ, ਉਹੋ ਹੀ ਸੁੰਦਰ ਨੇ ਜਿਨ੍ਹਾਂ ਨੂੰ ਭਗਵਾਨ ਨੇ ਪ੍ਰਵਾਨ ਕਰ ਲਿਆ। ਜਾਤ ਦੀ ਕਮੀਨੀ, ਰੂਪ ਰੰਗ ਤੋਂ ਵਿਹੀਣੀ, ਕੁੱਲ ਢੰਗ ਤੋਂ ਵਿਹੀਣੀ, ਇੱਕ ਪ੍ਰੇਮ ਵਾਲੀ ਪੀਲਣੀ, ਇਹ ਵੀ ਸਾਰੇ ਪਾਸਿਓ ਹੀ ਨਾ ਹੈ। ਅਤੇ ਕੋੜੀਏ ਗੁਰੂ ਸਾਹਿਬ ਦੇ ਦਰਬਾਰ ਵਿੱਚ ਗਿਆ, ਮਹਾਰਾਜ ਨੇ ਇਹਦਾ ਕੋੜ ਕੱਢਤਾ। ਸਿੱਖਾਂ ਨੇ ਆਣ ਕੇ ਖਬਰ ਦਿੱਤੀ, ਮਹਾਰਾਜ ਜੀ ਤੁਹਾਡੀ ਕਿਰਪਾ ਹੋ ਗਈ, ਉਹ ਬਿਲਕੁਲ ਸੁੰਦਰ ਸਰੂਪ ਕੋੜੀ ਦਾ, ਸਾਰੀ ਬਿਮਾਰੀ ਖਤਮ ਹੋ ਗਈ। ਮਹਾਰਾਜ ਕਹਿੰਦੇ ਫਿਰ ਕੀਮਤੀ ਪੁਸ਼ਾਕ ਪਵਾਓ ਉਹਨੂੰ, ਸੋਹਣੀ ਪੁਸ਼ਾਕ ਪਵਾ ਕੇ ਤਿਆਰ ਕਰਕੇ ਜਦੋਂ ਦੀਵਾਨ ਵਿੱਚ ਲੈ ਕੇ ਆਏ ਗੁਰੂ ਅਮਰਦਾਸ ਮਹਾਰਾਜ ਕੋਲ, ਗੁਰੂ ਅਮਰਦਾਸ ਕਹਿੰਦੇ ਵੀ ਤਾਂ ਲਾੜਾ ਲੱਗਦਾ, ਇੰਨਾ ਸੋਹਣਾ ਤਿਆਰ ਹੋ ਗਿਆ, ਕਹਿੰਦਾ ਤਾਂ ਲਾੜਾ ਬਣ ਗਿਆ ਹੈ। ਅਤੇ ਕਹਿਣ ਲੱਗੇ ਭਾਈ ਕੋਈ ਲਾੜੀ ਵੀ ਦਿਓ, ਲੜਕੀ ਵੀ ਦਿਓ। ਸਾਰੇ ਸਿੱਖ ਗੱਲਾਂ ਕਰਨ ਲੱਗ ਪਏ ਵੀ ਲੜਕੀ ਕੌਣ ਦੇਵੇ, ਪਤਾ ਨਹੀਂ ਕਿਹੜੀ ਜਾਤ ਦਾ ਹੈ, ਕਿਹੜੇ ਪਿੰਡ ਦਾ ਹੈ, ਬਿਮਾਰੀਆਂ ਅਤੇ ਕੋੜ ਦਾ ਭਰਿਆ ਹੋਇਆ ਸੀ। ਮਹਾਰਾਜ ਨੇ ਇਹਦਾ ਕੋੜ ਕੱਟਿਆ ਹੈ, ਇਹਨੂੰ ਕਿੱਥੋਂ ਇਹਦੀ ਜਾਤ ਦਾ ਨਹੀਂ ਪਤਾ, ਥਾਂ ਦਾ ਨਹੀਂ ਪਤਾ, ਇਹ ਕੌਣ ਹੈਗਾ ਅਤੇ ਕੌਣ ਲੜਕੀ ਦੇਵੇ। ਇੱਕ ਸਿੱਖ ਦਾ ਮਨ ਬਣ ਗਿਆ ਕਿ ਮੈਂ ਆਪਣੀ ਧੀ ਦੀ ਸ਼ਾਦੀ ਕਰਦਿਆਂ ਦੇ ਨਾਲ, ਗੁਰਸਾਹਿਬ ਨੂੰ ਭੇਟਾ ਕਰਦਿਆਂ ਲੜਕੀ। ਪਰ ਉਹਨੇ ਵੇਖਿਆ ਮੇਰੀ ਘਰਵਾਲੀ ਬੜੀ ਚੰਦਰੀ, ਇਹਨੇ ਮੰਨਣਾ ਨਹੀਂ, ਇਹ ਅੜਿੱਕਾ ਲਾ ਦੇਗੀ। ਉਹਦਾ ਮਨ ਬਣ ਗਿਆ, ਉਹ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਵੀ ਫਲਾਣੀ ਤਾਂ ਤੇ ਆਪਣਾ ਸਮਾਨ ਪਿਆ ਹੋਇਆ ਹੈ, ਅਤੇ ਜਾ ਤੂੰ ਉਹ ਲੈ ਕੇ ਆ, ਜਾ ਕੇ ਉਹਨੂੰ ਭੇਜ ਕੇ ਲੜਕੀ ਲੈ ਕੇ ਸਿੱਖ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋ ਗਿਆ ਜੀ। ਲੜਕੀ ਹਾਜ਼ਰ ਹੈ। ਗੁਰੂ ਸਾਹਿਬ ਕਹਿੰਦੇ ਇਹਦਾ ਨਾਂ ਕੀ ਹੈ?
ਕਹਿੰਦੇ ਜੀ ਮੱਥੋਏ, ਅਤੇ ਗੁਰੂ ਅਮਰਦਾਸ ਕਹਿਣ ਲੱਗੇ ਮੱਥੋਏ ਅਤੇ ਆ ਮਰਾਰੀ, ਇਹ ਕ੍ਰਿਸ਼ਨ ਮਰਾਰੀ ਲੜਕੀ, ਉਹ ਸੋਹਣਾ ਸੰਦੂਰ ਸਰੂਪ ਬਣਿਆ ਸੀ, ਇਹ ਭਗਵਾਨ ਕ੍ਰਿਸ਼ਨ ਦੇ ਸੋਹਣੇ ਸਰੂਪ ਨੂੰ ਮੰਨਿਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਵੀ। ਕਵਲ ਨੈਣ ਮਦਰ ਬੈਣ ਕੋਟ ਸੈਣ ਸੰਗ ਸੋਭ ਕਹਿਤ ਮਹਾਂ ਜਸੋਦ ਜੈਸੇ ਦਹੀਂ ਪਾਤ ਖਾਏ ਜੀਓ। ਕਹਿੰਦੇ ਸੋਹਣੇ ਕਵਲ ਵਰਗੇ ਨੈਣ, ਮਿੱਠੇ ਮਿੱਠੇ ਬੋਲ ਜਿਨ੍ਹਾਂ ਦੇ, ਮਦਰ ਬੈਣ ਕੋਟ ਸੈਣ ਜਿਨ੍ਹਾਂ ਦੀਆਂ ਕਰੋੜਾਂ ਸੈਨਾ ਨੇ, ਸੰਗ ਸੋਭ ਦੀਆਂ ਏ ਉਹਨਾਂ ਨੂੰ ਮਾਂ ਯਸ਼ੋਦਾ ਆਵਾਜ਼ ਮਾਰਦੀ ਏ ਆ ਜਾ ਕ੍ਰਿਸ਼ਨਾ ਦਹੀਂ ਅਤੇ ਚੌਲ ਖਾ ਲਾ। ਆਖੋ ਸ੍ਰੀ ਕਵਲ ਨੈਣ ਮਦਰ ਬੈਣ ਕੋਟ ਸੈਣ ਸੰਗ ਸੋਭ ਕਹਿਤ ਮਾਂ ਜਸੋਦ ਜਿਸੇ ਦਹੀਂ ਭਾਂਤ ਖਾਏ ਜੀਓ। ਦਹੀਂ ਅਤੇ ਚਾਵਲ ਨੂੰ ਦਹੀਂ ਭਾਂਤ ਕੱਢਿਆ, ਖਾਏ ਜੀਓ। ਹੋਰ ਵੀ ਗੁਰਬਾਣੀ 'ਚ ਆਉਂਦਾ ਹੈ, ਦੇਖ ਮੋਹੀ ਗੁਵਾਰਨ ਮੋਕੋ ਛੋੜ ਨਾ ਆਹੂ ਨਾ ਜਾਹੂ ਰੇ ਜਾਂ ਕੋ ਸਰੂਪ ਦੇਖ ਮੋਹੀ ਗੁਵਾਰਨ। ਜਿੰਦਾ ਸਰੂਪ ਦੇਖ ਕੇ ਗੁਆਲਣਾ ਲੜਕੀਆਂ ਉਸ ਇਲਾਕੇ ਦੀਆਂ ਮੋਹੀਆਂ ਗਈਆਂ, ਕਹਿੰਦੀਆਂ ਸਾਨੂੰ ਤੇਰਾ ਸਰੂਪ ਹੀ ਸੋਹਣਾ ਲੱਗਦਾ, ਤੂੰ ਕਿਤੇ ਜਾ ਨਾ ਕਿਤੇ ਨਾ, ਤੂੰ ਸਾਡੇ ਕੋਲ ਹੀ ਰਹਿ। ਹਾਂ ਪੜ੍ਹਿਓ ਸ਼ੁਰੂ ਤੋਂ। ਆਸ ਪਾਸ ਕੰਨ ਤੁਰ ਸਿਕਾ ਬਿਰਵਾ ਮਾ, ਕਹਿੰਦੇ ਆਸ ਪਾਸ ਬੜੇ ਤੁਲਸੀ ਦੇ ਬੂਟੇ ਨੇ, ਉਹ ਵੱਡੀ ਵੱਡੀ ਤੁਲਸੀ ਹੋ ਜਾਂਦੀ, ਜੰਗਲੀ ਇਲਾਕਾ ਹੈ, ਬੜੇ ਬੜੇ ਵੱਡੇ ਵੱਡੇ ਰੁੱਖ ਨੇ ਤੁਲਸੀ ਦੇ। ਆਸ ਪਾਸ ਕਣ ਤੁਲਸੀ ਕਾ ਬਿਰਵਾ ਮਾਝ ਬਨਾਰਸ ਗਾਓ ਰੇ, ਉਹਨਾਂ ਦੇ ਵਿੱਚ ਇੱਕ ਗਾਓ ਹੈ, ਪਿੰਡ ਹੈ। ਹਾਂਜੀ, ਵਾਹ ਕਾ ਸਰੂਪ ਦੇਖ ਮੋਹੀ ਗਵਾਰਨ ਮੋਹ ਕੋ ਛੋੜ ਨਾ ਆਓ ਨਾ ਜਾਹੂ ਰੇ। ਉਹਨਾਂ ਦਾ ਸਰੂਪ ਦੇਖ ਕੇ ਮੋਹੀਆਂ ਗਈਆਂ ਗਵਾਰਨਾ, ਕਹਿੰਦੀਆਂ ਕਿਤੇ ਨਾ ਜਾ, ਇੰਨੀ ਵਡਿਆਈ ਕੀਤੀ ਹੈ। ਕਵਲ ਨੈਣ ਮਦਰ ਬੈਣ ਕੋਟ ਸੈਣ ਸੰਗ ਸੋਭ ਕਹਿਤ ਮਾਂ ਜਸੋਦ ਜਿਸੇ ਦੇਹੀ ਪਾਤ ਖਾਏ ਜੀਓ। ਦੇਖ ਰੂਪ ਆਤਨ ਰੂਪ ਮੋਹ ਮਾਇਆ ਮਗ ਪਈ ਕਿੰਕਣੀ ਸ਼ਬਦ ਚੰਤਕਾਰ ਖੇਲ ਪਾਏ ਜੀਓ। ਜਿਨ੍ਹਾਂ ਦਾ ਇੰਨਾ ਸੁੰਦਰ ਸਰੂਪ ਹੈ, ਉਸ ਸਰੂਪ ਨੂੰ ਲੈ ਕੇ ਭਗਵਾਨ ਕ੍ਰਿਸ਼ਨ ਦੇ ਉਸ ਮੁਰਾਰੀ ਦੇ ਸਰੂਪ ਨੂੰ ਲੈ ਕੇ ਉਸ ਪ੍ਰੇਮੇ ਕੋੜੀ ਨੂੰ ਸਤਿਗੁਰਾਂ ਨੇ ਮੁਰਾਰੀ ਦਾ ਦਰਜਾ ਦੇ ਤਾ, ਸੁੰਦਰ ਸਰੂਪ ਦਾ, ਅਤੇ ਮੱਥੋ ਦੀ ਮੁਰਾਰੀ ਜੋੜੀ ਬਣ ਗਈ, ਦੋਨਾਂ ਨੂੰ ਬਿਠਾ ਤਾ। ਅਤੇ ਆਨੰਦ ਕਾਰਜ ਦੀ ਰਸਮ ਗੁਰੂ ਅਮਰਦਾਸ ਨੇ ਸ਼ੁਰੂ ਕੀਤੀ ਹੈ। ਪਹਿਲੋਂ ਹਿੰਦੂ ਧਰਮ ਦੇ ਮੁਤਾਬਕ ਵਿਆਹ ਸ਼ਾਦੀਆਂ ਹੁੰਦੀਆਂ ਸੀ, ਇਹ ਫਿਰ ਗੁਰੂ ਸਾਹਿਬ ਦੀ ਹਜ਼ੂਰੀ, ਗੁਰੂ ਸਾਹਿਬ ਆਪ ਸਨ ਉਹਨਾਂ ਦੀ ਹਜ਼ੂਰੀ, ਆਨੰਦ ਕਾਰਜ ਹੋਏ, ਆਨੰਦ ਸਾਹਿਬ ਦੇ ਪਾਠ ਹੋਏ, ਆਨੰਦ ਕਾਰਜ ਹੋਏ, ਜਿਹੜੀਆਂ ਲਾਵਾਂ ਨੇ ਇਹ ਗੁਰੂ ਅਮਰਦਾਸ ਗੁਰੂ ਰਾਮਦਾਸ ਨੇ ਮੇਰੇ ਖਿਆਲ ਚੌਥੇ ਪਾਤਸ਼ਾਹ ਨੇ ਲਿਖੀਆਂ ਨੇ। ਅਤੇ ਇਸ ਤਰ੍ਹਾਂ ਕਰਕੇ ਸਤਿਗੁਰਾਂ ਨੇ ਇਹ ਆਨੰਦ ਕਾਰਜ ਦੀ ਵੀ ਰਸਮ ਸ਼ੁਰੂ ਕੀਤੀ, ਅਤੇ ਉਹਨਾਂ ਦੀ ਸ਼ਾਦੀ ਕਰਕੇ ਫਿਰ ਇੱਥੇ ਬੱਸ ਨਹੀਂ, ਮੱਥੋ ਅਤੇ ਮਰਾਰੀ ਦੀ ਸ਼ਾਦੀ ਕਰਕੇ ਜਦੋਂ ਗੁਰੂ ਅਮਰਦਾਸ ਜੀ ਨੇ ਉਹਨਾਂ ਦੇ ਸਿਰ 'ਤੇ ਹੱਥ ਰੱਖਿਆ, ਉਹਨਾਂ ਨੂੰ ਪ੍ਰਸ਼ਾਦ ਦਿੱਤਾ, ਸਿਰੋਪਾਉ ਦਿੱਤਾ, ਹੱਥ ਰੱਖਿਆ ਦੋਨਾਂ ਦੇ ਸਿਰ 'ਤੇ, ਗੁਰੂ ਅਮਰਦਾਸ ਨੇ ਉਹਨਾਂ ਨੂੰ ਬ੍ਰਹਿਮ ਗਿਆਨ ਦੀ ਪ੍ਰਾਪਤੀ ਹੋ ਗਈ। ਮੱਥੋ ਅਤੇ ਮਰਾਰੀ ਨੂੰ ਇੰਨੀ ਪ੍ਰਾਪਤੀ ਹੋ ਗਈ ਜਿਵੇਂ ਤਪ ਕਰ ਕਰਕੇ, ਬੰਦਗੀ ਕਰ ਕਰਕੇ, ਨਾਮ ਜਪ ਜਪ ਕੇ ਸ਼ਕਤੀਆਂ ਆਉਂਦੀਆਂ ਨੇ। ਅੱਜ ਗੁਰੂ ਅਮਰਦਾਸ ਜੀ ਨੇ ਨਦਰੀ ਨਦਰ ਨਿਹਾਲ ਕਰਕੇ ਸ਼ਕਤੀਆਂ ਦੇ ਦੀਆਂ, ਦੋਨਾਂ ਦੀ ਜੋੜੀ ਬਣਾ ਕੇ ਭੇਜਤਾ, ਜਾਓ ਫਲਾਣੇ ਇਲਾਕੇ 'ਚ ਬੈਠੋ, ਮੰਜੀ ਦੇ ਤੀ, ਸਿੱਖੀ ਦਾ ਪ੍ਰਚਾਰ ਕਰੋ, ਉਹਨਾਂ ਨੂੰ ਉੱਥੇ ਦੇ ਗੁਰੂ ਥਾਪ ਦਿੱਤਾ। ਮੱਥੋ ਅਤੇ ਮਰਾਰੀ ਫਿਰ ਲੱਗੇ ਸਤਨਾਮ ਦਾ ਉਪਦੇਸ਼ ਦੇਣ,
ਗੁਰੂ ਘਰ ਜੋੜਨ, ਸੰਗਤਾਂ ਨੂੰ ਨਾਮ ਜਪਣ ਅਤੇ ਜਪਾਉਣ, ਦੋਨੋਂ ਸਾਰੇ ਇਲਾਕੇ ਦਾ ਉਧਾਰ ਕਰਤਾ। ਜਿਹੜੇ ਜਿਸ ਆਦਮੀ ਨੂੰ ਕੋਈ ਟੋਈ ਨਾ ਦੇਵੇ, ਜਿਹਨੂੰ ਕੋਈ ਪਿੰਡ ਵਿੱਚ ਨਾ ਰੱਖੇ, ਜਿਹਦੇ ਕੋਈ ਕੋਲੋਂ ਨਾ ਲੰਘੇ, ਉਸ ਆਦਮੀ 'ਤੇ ਇੰਨੀਆਂ ਮਿਹਰਾਂ ਗੁਰੂ ਅਮਰਦਾਸ ਮਹਾਰਾਜ ਨੇ ਕੀਤੀਆਂ ਕਿ ਉਹਦੇ ਦੁੱਖ ਤਕਲੀਫਾਂ ਦੂਰ ਕੀਤੇ, ਉਹਦੀ ਸ਼ਾਦੀ ਕਰ ਦਿੱਤੀ, ਸ਼ਾਦੀ ਕਰਕੇ ਉਹਨਾਂ ਨੂੰ ਮੰਜੀ ਵੀ ਬਖਸ਼ ਦਿੱਤੀ। ਐਡੇ ਸਮਰੱਥ ਸਾਡੇ ਸਤਿਗੁਰੂ ਨੇ, ਸਰਬ ਸ਼ਕਤੀਆਂ ਦੇ ਮਾਲਕ ਨੇ। ਪੜ੍ਹੋ ਸਾਰੇ ਸਤਿਗੁਰ ਦਾਤੇ ਕਾਰਜ ਚਾਇਆ, ਆਪਣੀ ਮਿਹਰ ਕਰਾਈ, ਦਾਸਾਂ ਕਾਰਜ ਆਪ ਸਵਾਰੀ, ਇਹ ਉਸ ਦੀ ਵਡਿਆਈ। ਇਹ ਬਹੁਤ ਹੀ ਹਜ਼ੂਰ ਸਾਹਿਬ 'ਚ ਸਭ ਤੋਂ ਸੁੰਦਰ ਇਹ ਹੋਟਲ ਬਣਿਆ ਹੋਇਆ ਹੈ, ਜਿਹੜੇ ਬਾਬਾ ਜੀ ਦੇ ਘਰ ਦੇ ਸੰਗੀ ਨੇ ਬੰਬੇ ਤੋਂ, ਇਹ ਉਹਨਾਂ ਨੇ ਬਣਾਇਆ ਹੈ। ਬਹੁਤ ਉਹਨਾਂ ਦੇ ਉੱਥੇ ਸੰਗਤਾਂ ਜਾ ਕੇ ਰਹਿੰਦੀਆਂ, ਬੰਗਲਿਆਂ ਦੇ ਵਿੱਚ ਵੀ ਜਿੱਥੇ ਜਿੱਥੇ ਬੰਗਲੇ ਆ। ਅੱਜ ਇੱਥੇ ਵੀ ਸਾਰਾ ਕਾਰਜ ਵਿਆਹ ਦਾ ਕਿ ਗੁਰੂ ਸਾਹਿਬ ਨੇ ਦੇਖ ਲਓ ਇਹਨਾਂ ਵਾਸਤੇ ਇੰਨਾ ਸੁੰਦਰ ਬੰਗਲਾ ਪਹਿਲਾਂ ਹੀ ਬਣਾਇਆ ਸੀ ਜੋੜੀ ਦੇ ਵਿਆਹ ਕਰਨ ਵਾਸਤੇ, ਅਤੇ ਅੱਜ ਗੁਰੂ ਸਾਹਿਬ ਨੇ ਮਿਹਰ ਕਰਤੀ। ਲੜਕੀ ਕੁੜੀ ਦਾ ਪ੍ਰੋਗਰਾਮ ਸੀ ਵੀ ਕੱਲ੍ਹ ਨੂੰ ਟਿਕਟਾਂ ਬੁੱਕ ਕਰਾਈਆਂ ਸੀ, ਫਿਰ ਵਾਪਸ ਜਾਣ ਦਾ, ਬਾਹਰ ਜਾਣ ਦਾ ਪ੍ਰੋਗਰਾਮ ਸੀ ਉੱਥੇ, ਅਤੇ ਮੈਂ ਕਿਹਾ ਹੁਣ ਤਾਂ ਭਾਈ ਤੇਰੀ ਸ਼ਾਦੀ ਹੋ ਗਈ, ਹੁਣ ਤੇਰੀ ਮਰਜ਼ੀ ਨਹੀਂ ਚੱਲਣੀ, ਹੁਣ ਤਾਂ ਅੱਜ ਤੋਂ ਤੇਰੀ ਮਰਜ਼ੀ ਖਤਮ ਹੋ ਗਈ, ਟਿਕਟਾਂ ਵੀ ਗਈਆਂ, ਜਹਾਜ਼ ਵੀ ਗਿਆ, ਹੁਣ ਤਾਂ ਤੂੰ ਕਿਸੇ ਜਿਨ੍ਹਾਂ ਦੀ ਹੋ ਗਈ ਉਹਨਾਂ ਦੇ ਹੁਕਮ ਚੱਲੇਗਾ ਹੁਣ, ਇਸ ਕਰਕੇ ਹੁਣ ਹੁਕਮ ਗੁਰਾਂ ਦਾ ਹੈ। ਅਤੇ ਹੁਣ ਨਾ ਤਾਂ ਟਿਕਟਾਂ, ਨਾ ਕੋਈ ਰੇਲ ਗੱਡੀ, ਨਾ ਕੋਈ ਜਹਾਜ਼, ਹੁਣ ਤਾਂ ਜਿਨ੍ਹਾਂ ਦੀ ਹੋ ਗਈ ਉਹਨਾਂ ਦਾ ਹੀ ਹੁਕਮ ਚੱਲਣਾ। ਜਿਹੜੇ ਵਰ ਚਾਹੁੰਦੇ ਸੀ ਉਹ ਵਰ ਮਿਲ ਗਏ, ਜਿਹੜੇ ਵਰ ਗੁਰੂ ਸਾਹਿਬ ਤੋਂ ਮੰਗਦੇ ਸੀ ਉਹ ਗੁਰੂ ਸਾਹਿਬ ਨੇ ਵਰ ਬਖਸ਼ੇ, ਅਤੇ ਹੁਣ ਤਾਂ ਗੁਰੂ ਸਾਹਿਬ ਇਸੇ ਤਰ੍ਹਾਂ ਹੀ ਨਿਭਾਉਣ, ਇਸੇ ਤਰ੍ਹਾਂ ਹੀ ਗੁਰੂ ਸਾਹਿਬ ਦੇ ਚਰਨਾਂ 'ਚ ਨਿਭਣ। ਅਤੇ ਸਤਿਗੁਰਾਂ ਨੇ ਮਿਹਰ ਕਰਕੇ ਇਸ ਜੋੜੀ ਦੇ ਸਿਰ 'ਤੇ ਹੱਥ ਰੱਖ ਕੇ ਇਸ ਘਰ ਵਿੱਚ ਗੰਢ ਪਾਈ। ਧੰਨ ਧੰਨ ਬਾਬਾ ਮਹਾਨਾਮ ਸਿੰਘ ਦਾ ਤਪ ਸਥਾਨ ਹੈ, ਬਾਬਾ ਖੇਮ ਸਿੰਘ ਜੀ ਨੇ ਇੱਟਾਂ ਨੀਂਹ ਪੱਥਰ ਰੱਖਿਆ ਹੈ, ਕਲਗੀਧਰ ਦਸ਼ਮੇਸ਼ ਪਿਛਾ ਦੀ ਪਿਤਾ ਦੀ ਧਰਤੀ ਹੈ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਇੰਨੀ ਸੁੰਦਰ ਪਵਿੱਤਰ ਧਰਤੀ 'ਤੇ ਕਾਰਜ ਹੋਇਆ ਹੈ। ਤਾਂ ਹੁਣ ਤਾਂ ਭਾਈ ਸਾਰੀ ਕਾਰਜ ਆਪਾਂ ਵਿਆਹ ਦੇ ਕਰਨੇ ਹਾਂ, ਅਤੇ ਗੁਰੂ ਸਾਹਿਬ ਦੀ ਮਿਹਰ ਕਿਰਪਾ ਦੇ ਨਾਲ ਅਤੇ ਸਾਰਾ ਕਾਰਜ ਕਰੋ। ਸਵੇਰੇ ਸੱਦੋ ਪੰਜਾ ਪਿਆਰਿਆਂ ਨੂੰ ਵੀ, ਪ੍ਰਸ਼ਾਦਾ ਪਾਣੀ ਛਕਾਓ, ਉਹਨਾਂ ਦੀ ਸੇਵਾ ਕਰੋ। ਅੱਜ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ, ਰਹਿਣ ਸਬਾਈ ਹੋ ਗਈ ਇੱਥੇ, ਸਵੇਰ ਵਾਲਾ ਕਾਰਜ ਵੀ ਕਰੋ, ਮਹਾਂਪੁਰਸ਼ਾਂ ਨੂੰ ਸੱਦ ਕੇ ਲੰਗਰ ਪਾਣੀ ਛਕਾਓ, ਜਿੰਨਾ ਇਹ ਸੰਤਾਂ ਮਹਾਂਪੁਰਸ਼ਾਂ ਨਾਲ ਹੀ ਸੋਭਦੇ। ਭਾਵੇਂ ਲੜਕੀ ਦਾ ਪਰਿਵਾਰ ਵੀ ਅਧੂਰਾ ਹੈ, ਲੜਕੇ ਦਾ ਵੀ, ਇਹਨਾਂ ਦੇ ਵੀ ਪਰਿਵਾਰ ਦੇ ਮੈਂਬਰ ਇਕੱਲੇ ਮਾਂ ਬਾਪ ਨੇ, ਲੜਕੀ ਦਾ ਇਕੱਲਾ ਬਾਪ ਹੀ ਹੈ, ਅਤੇ ਆਪਣਾ ਤਾਂ ਹੁਣ ਮਾਂ ਬਾਪ ਭੈਣ ਭਾਈ ਸਾਰੀ ਸਾਧ ਸੰਗਤ ਹੀ, ਆਹ ਹੀ ਆਪਣਾ ਪਰਿਵਾਰ। ਇਹ ਪਰਿਵਾਰ ਉਹ ਹੈ ਜਿਹੜਾ ਆਪਣੇ ਨਾਲ ਸਦਾ ਨਿਭਣਾ ਹੈ, ਇਹ ਸੱਚਾ ਸਾਕ, ਸੱਚਾ ਹਿਰਦਾ ਹੈ ਸਾਧ ਸੰਗਤ ਦਾ। ਅਤੇ ਪੜ੍ਹੋ ਸਾਰੇ, ਫਿਰ ਉਸ ਤੋਂ ਬਾਅਦ ਆਨੰਦ ਕਾਰਜ ਦੀ ਰਸਮ ਹੋਏਗੀ, ਅਤੇ ਗੁਰਮੁਖ ਪਿਆਰੇ ਕਰਾਉਣਗੇ, ਰਾਗੀ ਸਿੰਘ ਅਤੇ ਕੋਈ ਆਨੰਦ ਕਾਰਜ ਕਰਨਾ ਤਾਂ ਹੈ ਨਹੀਂ, ਜਰਮਨ ਉਦੋਂ ਦਾ ਆਪਦਾ ਕਰ ਰਿਹਾ ਮੋਬਾਈਲ ਲੈ ਕੇ, ਸਲਾਬਾ ਵੀ ਹੈਗਾ ਹੈ, ਇਹ ਉਦੋਂ ਦਾ ਮੋਬਾਈਲ ਨੂੰ ਲੱਗਿਆ ਵੀ ਕਿਵੇਂ ਕਿਵੇਂ ਪੜ੍ਹਨ ਦੇ ਆਨੰਦ ਕਾਰਜ, ਕਿਉਂਕਿ ਅਸੀਂ ਵਿਆਹਾਂ ਸ਼ਾਦੀਆਂ ਤੋਂ ਪਰੇ ਹੀ ਰਹਿੰਦੇ ਹਾਂ ਨਾ, ਜਿਹੜੇ ਬਿਹੰਗਮ ਆ, ਇਸ ਕਰਕੇ ਵਿਆਹ ਸ਼ਾਦੀਆਂ ਦੇ ਵਿੱਚ ਨਹੀਂ ਆਈਦਾ, ਅਤੇ ਨਾ ਕਦੀ ਇਹਨਾਂ ਪ੍ਰੋਗਰਾਮਾਂ 'ਚ ਕੋਈ ਬਹੁਤਾ ਹਿੱਸਾ ਲਿਆ ਹੈ, ਅਤੇ ਇਹਨਾਂ ਵਾਸਤੇ ਨਵਾਂ ਹੈ, ਇਸ ਕਰਕੇ ਫਿਰ ਆਪਣਾ ਲੱਗਾ ਹੋਇਆ ਸੀ ਮਿਹਨਤ ਕਰਨ। ਮੈਂ ਸਹੀ ਸਹੀ ਮੈਂ ਕਿਹਾ ਲਾਵਾਂ ਪੜ੍ਹੀ, ਹੁਣ ਹੋਰ ਨਾ ਕੋਈ ਚੀਜ਼ ਪੜ੍ਹ ਦੇਵੀਂ। ਸਾਰਾ ਕੋਈ ਨੇੜੇ ਨੇੜੇ ਹੀ ਹੁੰਦਾ ਹੈ।
ਕਿਸੇ ਭਾਈ ਨੇ ਤਵੇ ਲਾਉਂਦੇ ਹੁੰਦੇ ਸੀ ਸ਼ਾਮ ਨੂੰ ਰਹਿ ਦਸ ਵਜੇ ਉਹਨੇ ਜਪਜੀ ਸਾਹਿਬ ਤਾਂ ਲਾ ਤਾ। ਇਸ ਤਰ੍ਹਾਂ ਪਤਾ ਹੀ ਲੱਗਦਾ ਕਿ ਸਵੇਰੇ ਗੁਰਦੁਆਰਿਆਂ ਵਿੱਚ ਪਿੰਡਾਂ ਵਿੱਚ ਜਪਜੀ ਰਹਿ ਰਸ ਲਾਈ ਬੈਠੇ ਹੁੰਦੇ ਆ, ਪਰ ਸਮੇਂ ਸਮੇਂ ਦੀ ਬਾਣੀ ਗੁਰੂ ਸਾਹਿਬ ਨੇ ਚਾਰੀ ਹੈ ਅਤੇ ਗੁਰੂ ਸਾਹਿਬ ਆਪੇ ਹੀ ਮਿਹਰ ਕਰਨਗੇ, ਕਿਰਪਾ ਕਰਨਗੇ, ਇਹਨਾਂ ਨੂੰ ਸਮਾਧ ਦੇ ਦੇਣਗੇ। ਹੁਣ ਮੁੰਡੇ ਕੁੜੀ ਨੇ ਵੀ ਵੇਖੇ ਹੀ ਹੁੰਦੇ ਆ, ਵਿਆਹ ਹੁੰਦੇ ਜਦੋਂ ਵਿਆਹ ਹੁੰਦਾ ਚਲੋ ਨਾਲ ਦੇ ਸਮਝਾ ਦਿੰਦੇ ਆ ਸਾਰੇ ਭਾਈ ਕਿਵੇਂ ਤੁਰਨਾ, ਕਿਵੇਂ ਬੈਠਣਾ, ਕਿਵੇਂ ਚੜ੍ਹਨਾ, ਪਰ ਗੁਰੂ ਸਾਹਿਬ ਦੀ ਹਜ਼ੂਰੀ ਗੁਰੂ ਸਾਹਿਬ ਜਿਵੇਂ ਵੀ ਸਮਤ ਦੇ ਕੇ ਕਰਾ ਲੈਣ, ਬਸ ਉਹਨਾਂ ਦੀ ਨਜ਼ਰ ਅਤੇ ਮਿਹਰ ਅਤੇ ਬਖਸ਼ਿਸ਼ ਹੋਣੀ ਚਾਹੀਦੀ, ਇਹੀ ਵਿਆਹ ਦਾ ਕਾਰਜ ਹੈ। ਵੱਡਾ ਹੈ ਕਿ ਸਤਿਗੁਰੂ ਸਾਰੀ ਉਮਰ ਤੱਕ ਸਾਥ ਦੇਣ, ਇੱਥੇ ਤਾਂ ਉਹਨਾਂ ਦੀ ਓਟ ਆਸਰਾ ਹੈ ਕਿ ਸਦਾ ਹੀ ਸਾ ਵਿੱਚ ਰਹਿਣ, ਨਾਲ ਰਹਿਣ, ਤਾਂ ਇਹ ਗ੍ਰਸਤ ਜੀਵਨ ਨਿਭਦੇ ਆ ਉਹਨਾਂ ਦੀ ਮਿਹਰ ਅਤੇ ਕਿਰਪਾ ਨਾਲ। ਇਹ ਨਿਭ ਜਾਣ ਅਤੇ ਇਹਦੇ ਨਾਲ ਦੀ ਕੋਈ ਰੀਸ ਨਹੀਂ, ਅਤੇ ਆਪ ਹੀ ਉਹ ਕਿਰਪਾ ਕਰਕੇ ਨਿਭਾ ਲੈਂਦੇ ਆ। ਪੜ੍ਹੋ ਸਤਿਗੁਰ ਦਾਤੇ ਕਾਜ ਰਚਾਇਆ, ਕਾਜ ਰਚਾਇਆ ਆਪਣੀ ਮਿਹਰ ਕਰਾਈ, ਦਾਸਾਂ ਕਾਰਜ ਆਪ ਸਵਾਰੇ ਉਸ ਦੀ ਵਡਿਆਈ। ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ, ਦਾਸਾਂ ਕਾਰਜ ਆਪ ਸਵਾਰੇ ਉਸ ਦੀ ਵਡਿਆਈ। ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ, ਦਾਸਾਂ ਕਾਰਜ ਆਪ ਸਵਾਰੇ ਉਸ ਦੀ ਵਡਿਆਈ। ਉਹ ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ, ਜਿਸ ਕਾ ਖਾਰਜ ਤਿਨਹੀ ਕੀਆ, ਮਾਨਸ ਕਿਆ ਵਿਚਾਰਾ। ਸਤਿਗੁਰ ਦਾ ਬੋਲੋ ਕਾਰਜ ਤਿਨਹੀ ਕੀਆ, ਮਾਨਸ ਕਿਆ ਵਿਚਾਰਾ, ਮਾਨਸ ਕਿਆ ਵਿਚਾਰਾ। ਭਗਤ ਸੋਹਣ ਹਰ ਕੇ ਗੁਣ ਗਾਵੇ ਸਦਾ ਕਰੇ ਜੈਕਾਰਾ, ਭਗਤ ਸੋਹਣ ਹਰ ਕੇ ਗੁਣ ਗਾਵੇ ਸਦਾ ਕਰੇ ਜੈ ਬੋਲੋ। ਜਿਸ ਕਾ ਮਾਨਸ ਕਿਆ ਵਿਚਾਰਾ, ਜਿਸ ਕਾ ਕਾਰਜ ਨਹੀਂ ਕੀਆ, ਮਾਨਸ ਕਿਆ ਵਿਚਾਰਾ। ਸਾਧ ਸੰਗਤ ਸੰਗ ਬਣੀ, ਉਦਮ ਕੀ ਤਾਲ ਕੇਰਾ, ਜਿਸ ਕੀ ਉਪਮਾ ਕਿਆ ਗਣੀ। ਜਿਸ ਕਾ ਕਾਰਜ ਤਿਨਹੀ ਕੀਆ, ਮਾਨਸ ਕਿਆ ਵਿਚਾਰਾ, ਜਿਸ ਕਾ ਕਾਰਜ ਤਿਨਹੀ ਕੀਆ, ਮਾਨਸ ਕਿਆ ਵਿਚਾਰਾ। ਅੱਠ ਸੜ ਤੀਰਥ ਪੁੰਨ ਕਿਰਿਆ, ਮਹਾ ਨਿਰਮਲ ਚਾਰਾ, ਪਤਤ ਪਵਣ ਬਿਰਧ ਸੁਆਮੀ, ਨਾਨਕ ਸ਼ਬਦ ਧਾਰਾ। ਜਿਸ ਕਾ ਕਾਰਜ ਤਿਨਹੀ ਕੀਆ, ਮਾਨਸ ਕਿਆ ਵਿਚਾਰਾ, ਜਿਸ ਕਾ ਕਾਰਜ ਤਿਨਹੀ ਕੀਆ, ਮਾਨਸ ਕਿਆ ਵਿਚਾਰਾ। ਜਿਸ ਕਾ ਕਾਰਜ ਤਿਨਹੀ ਕੀਆ, ਮਾਨਸ ਕਿਆ ਵਿਚਾਰਾ, ਜਿਸ ਕਾ ਕਾਰਜ ਤਿਨਹੀ ਕੀਆ, ਮਾਨਸ ਕਿਆ ਵਿਚਾਰਾ। ਜਿਸ ਕਾ ਕਾਰਜ ਤਿਨਹੀ ਕੀਆ, ਮਾਨਸ ਕਿਆ ਵਿਚਾਰਾ,
चुकदी खिमाए। हुण भाई शुरू करो अगला कार्य।